ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਿੱਗ ਬ੍ਰੇਕਿੰਗ ਨਿਊਜ਼ ਆ ਹੁਣੇ-ਹੁਣੇ ਸੂਬੇ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖਬਰ ਆਈ ਆ ਅਗਲੇ ਦਿਨਾਂ ਲਈ ਹੋ ਜੋ ਤਿਆਰ ਪੂਰੀ ਜਾਣਕਾਰੀ ਲਈ ਪੂਰੀ ਵੀਡੀਓ ਅੰਤ ਤੱਕ ਦੇਖੋ ਤੁਹਾਨੂੰ ਮੌਸਮ ਦੇ ਸਬੰਧੀ ਪੂਰੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੀ ਪਿਛਲੇ ਕਈ ਦਿਨਾਂ ਤੋਂ ਦੁਪਹਿਰ ਦੀ ਗਰਮੀ ਤੋਂ ਮੰਗਲਵਾਰ ਲੋਕਾਂ ਨੂੰ ਥੋੜੀ ਰਾਹਤ ਮਹਿਸੂਸ ਹੋਈ ਬਾਅਦ ਦੁਪਹਿਰ ਚੱਲੀ ਧੂੜ ਭਰੀ ਹਨੇਰੀ ਤੋਂ ਬਾਅਦ ਮੀਂਹ ਪੈਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਮੀਂਹ ਦਾ ਆਨੰਦ ਮਾਣਿਆ ਸੂਬੇ ਅੰਦਰ ਕਰੀਬ 1 ਘੰਟੇ ਤੱਕ 15-20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀ ਹਨੇਰੀ ਤੋਂ ਬਾਅਦ ਬੱਦਲਾਂ ਦੀ ਗਰਜ ਨਾਲ ਰੋਕ ਰੋਕ ਕੇ ਮੀਂਹ ਪਿਆ ਮੌਸਮ ਵਿਭਾਗ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਅੱਜ ਬਾਅਦ ਦੁਪਹਿਰ ਊੜ ਭਰੀ ਹਨੇਰੀ ਤੋਂ ਬਾਅਦ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਮੋਗਾ ਫਰੀਦਕੋਟ ਦੇ ਵਿੱਚ ਭਾਰੀ ਮੀਂਹ ਪੈਣ ਦੀਆਂ ਸੰਭਾਵਨਾਵਾਂ ਨੇ ਹਾਲਾਂਕਿ ਬੱਦਲਾਂ ਦੀ ਗਰਜ ਅਤੇ ਤੇਜ਼ ਹਵਾਵਾਂ ਦੇਰ ਰਾਤ ਤੱਕ ਚਲਦੀਆਂ ਰਹੀਆਂ ਅੰਮ੍ਰਿਤਸਰ ਦੇ ਵਿੱਚ ਕੱਲ੍ਹ ਦੋਸਤੋ 7 ਡਿਗਰੀ 7.0 ਲੁਧਿਆਣਾ ਦੇ ਵਿੱਚ 2.0 ਜਲੰਧਰ ਤੇ ਪਟਿਆਲਾ ਜ਼ਿਲ੍ਹਿਆਂ ਦੇ ਵਿੱਚ ਹਲਕਾ ਮੀਂਹ ਪਿਆ ਮੌਸਮ ਵਿਭਾਗ ਚੰਡੀਗੜ੍ਹ ਦੇ ਮੁਤਾਬਕ ਮੰਗਲਵਾਰ ਨੂੰ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 35.8 ਡਿਗਰੀ ਬਠਿੰਡੇ ਦਾ 39.3 ਡਿਗਰੀ ਤੇ ਜਲੰਧਰ ਦਾ 38.0 ਡਿਗਰੀ ਲੁਧਿਆਣੇ ਦਾ 37.7 ਡਿਗਰੀ ਪਟਿਆਲਾ ਚ 44.3 ਡਿਗਰੀ ਤੇ ਪਠਾਨਕੋਟ ਦੇ ਵਿੱਚ 37.3 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਮੁਤਾਬਕ ਭਲਕੇ ਵੀ ਮੌਸਮ ਠੰਡਾ ਤੇ ਬੱਦਲਵਾਈ ਬਣੀ ਰਹਿਣ ਦੀ ਸੰਭਾਵਨਾ ਹੈ ਤੇ ਕਈ ਜ਼ਿਲ੍ਹਿਆਂ ਵਿੱਚ ਗਰਜ ਦੇ ਨਾਲ ਛਿੱਟੇ ਪੈ ਸਕਦੇ ਹਨ ਉਧਰ ਖੇਤੀਬਾੜੀ ਵਿਭਾਗ ਦੇ ਮਾਹਰਾਂ ਦੇ ਮੁਤਾਬਕ ਇਹ ਮੀ ਬਸੰਤਰੁੱਤ ਦੀ ਮੱਕੀ ਜੋ ਕਿ ਛੱਲੀਆਂ ਪੈਣ ਤੋਂ ਪੁੱਜੀ ਆ ਬਹੁਤ ਲਾਹੇਵੰਦ ਹੈ ਜਦੋਂ ਕਿ ਖਰਬੂਜੇ ਦੀ ਫਸਲ ਦੀ ਮੁਖ ਮੀ ਕਾਫੀ ਨੁਕਸਾਨਦੇ ਹੈ ਹਨੇਰੀ ਦੇ ਨਾਲ ਖਰਬੂਜੇ ਦੀਆਂ ਵੇਲਾਂ ਨੂੰ ਵੀ ਨੁਕਸਾਨ ਪੁੱਜਣ ਦੀ ਸੰਭਾਵਨਾ ਹੈ ਖੇਤੀ ਵਿਭਾਗ ਦੇ ਡਾਕਟਰ ਸੁਰਿੰਦਰ ਸਿੰਘ ਦੇ ਮੁਤਾਬਕ ਕਣਕ ਦੀ ਵਣਜ ਵਾਢੀ ਤੇ ਖਤਮ ਹੋਣ ਤੋਂ ਬਾਅਦ ਅਗਲੀ ਫਸਲ ਬੀਜਣ ਦੇ ਲਈ ਜ਼ਮੀਨ ਤਿਆਰ ਕਰਨ ਵਾਸਤੇ ਵੀ ਮੀਂਹ ਕਾਫੀ ਲਾਹੇਵੰਦ ਹੈ ਮੀਂਹ ਦੇ ਨਾਲ ਮੰਡੀਆਂ ਚੋਂ ਪਾਣੀ ਭਰ ਗਿਆ ਹੈ ਅੱਜ ਬਾਅਦ ਦੁਪਹਿਰ ਅੰਮ੍ਰਿਤਸਰ ਲੁਧਿਆਣਾ ਜਲੰਧਰ ਫਿਰੋਜ਼ਪੁਰ ਪਟਿਆਲਾ ਮੋਗਾ ਜ਼ਿਲ੍ਹਿਆਂ ਦੀਆਂ ਜੀਰਾ ਜ਼ਿਲ੍ਹਿਆਂ ਦੀਆਂ ਮੰਡੀਆਂ ਦੇ ਵਿੱਚ ਮੀਂਹ ਦੇ ਕਾਰਨ ਕਣਕ ਦੀਆਂ ਬੂਰੀਆਂ ਪਾਣੀ ਨਾਲ ਭਿੱਜ ਗਈਆਂ ਹਾਲਾਂਕਿ ਮੌਜੂਦ ਮਜ਼ਦੂਰਾਂ ਨੇ ਪਾਣੀ ਤੋਂ ਭਿੱਜ ਰਹੀਆਂ ਬੋਰੀਆਂ ਨੂੰ ਚੱਕ ਕੇ ਸ਼ੈੱਡ ਹੇਠਾਂ ਕਰਨ ਲਈ ਕਾਫੀ ਮੁਸ਼ਕਲਤ ਕਰਨੀ ਪਈ ਪਰ ਫਿਰ ਵੀ ਕਣਕ ਕਿਤੇ ਕਿਤੇ ਭਿੱਜ ਗਈ